ਸਭ ਤੋਂ ਜਿਹੜੀ ਮੰਦਭਾਗੀ ਅਤੇ ਦੁੱਖਦਾਈ ਜਿਹੜੀ ਗੱਲ ਸਾਡੇ ਕੋਲ ਪਹੁੰਚੀ ਉਹ ਇਹ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ। ਤਵੱਜੋ ਦੇਣ ਦੀ ਜ਼ਰੂਰਤ ਹੈ ਭਾਰਤ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਅਤੇ ਆਸਾਮ ਸਰਕਾਰ ਨੂੰ ਵੀ, ਕਿਉਂਕਿ ਇਹ ਸ਼ਰਾਸ਼ਰ ਜਿਹੜਾ ਹੈ, ਸ਼ਰੇਆਮ ਜਿਹੜਾ ਹੈ, ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ, ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਝੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ। ਅੱਜ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਾਡੇ ਸਿੱਖ ਨੌਜਵਾਨ NSA ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, ਉਹਨਾਂ ਨੂੰ ਜੇਲ੍ਹ ਮੈਨੂਅਲ ਦੇ ਮੁਤਾਬਕ ਹੀ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ। ਔਰ ਸਭ ਤੋਂ ਜਿਹੜੀ ਮੰਦਭਾਗੀ ਅਤੇ ਦੁੱਖਦਾਈ ਜਿਹੜੀ ਗੱਲ ਸਾਡੇ ਕੋਲ ਪਹੁੰਚੀ ਉਹ ਇਹ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ। ਸਿੱਖ ਕਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ, ਅੰਮ੍ਰਿਤਧਾਰੀ ਸਿੱਖ ਖਾਸ ਤੌਰ 'ਤੇ। ਇਹ ਬਹੁਤ ਮੰਦਭਾਗਾ ਵਰਤਾਰਾ ਹੈ ਕਿ ਆਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਉਹਨਾਂ ਨੂੰ ਖਵਾਉਣਾ, ਇਹਦੇ ਲਈ ਸਰਕਾਰ ਨੂੰ ਜਿਹੜਾ ਹੈ ਉਹ ਤਵੱਜੋ ਦੇਣ ਦੀ ਜ਼ਰੂਰਤ ਹੈ ਭਾਰਤ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਅਤੇ ਆਸਾਮ ਸਰਕਾਰ ਨੂੰ ਵੀ, ਕਿਉਂਕਿ ਇਹ ਸ਼ਰਾਸ਼ਰ ਜਿਹੜਾ ਹੈ, ਸ਼ਰੇਆਮ ਜਿਹੜਾ ਹੈ, ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਜੇ ਤੰਬਾਕੂ ਜਿਹੜਾ ਹੈ ਉਹਨਾਂ ਨੂੰ ਆਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ। ਤਾਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਝੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ। ਠੀਕ ਹੈ, ਤੁਸੀਂ NSA ਲਾਇਆ, ਭਾਵੇਂ ਬਿਨਾਂ ਕਿਸੇ ਵੱਡੇ ਦੋਸ਼ ਤੋਂ ਲਾਇਆ, ਹੁਣ ਜੇਲ੍ਹ ਦੇ ਵਿੱਚ ਬੰਦ ਹੈ, ਪਰ ਜੋ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ, ਜਿਹੜੀਆਂ ਬਾਕੀ ਕੈਦੀਆਂ ਨੂੰ ਵੀ ਮਿਲਦੀਆਂ ਨੇ। ਅਤੇ ਤੰਬਾਕੂ ਦਾ ਜਿਹੜਾ ਸੇਵਨ ਕਰਾਉਣਾ, ਇਹ ਬਹੁਤ ਮਨ ਨੂੰ ਦੁੱਖ ਲੱਗਿਆ ਕਿ ਇਹ ਘਟਨਾ ਵਾਪਰ ਰਹੀ ਹੈ ਉੱਥੇ, ਇਹਦੇ ਸਰਕਾਰ ਨੂੰ ਜਾਂਚ ਵੀ ਜਿਹੜੀ ਹੈ ਉਹ ਕਰਵਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ HEPC ਪਹਿਲਾਂ ਉਹਨਾਂ ਦੇ ਕੇਸ ਵੀ ਲੜ ਰਹੀ ਹੈਗੀ ਹੈ, ਤੁਹਾਨੂੰ ਲੱਗਦਾ ਨਹੀਂ HEPC ਨੂੰ ਇਹਦੇ ਵਿੱਚ ਪਤਾ? ਬਿਲਕੁਲ ਬਿਲਕੁਲ, ਆਪਣੇ ਪੱਧਰ 'ਤੇ ਵੀ SEPC ਨੂੰ ਪੜਤਾਲ ਕਰਨੀ ਚਾਹੀਦੀ ਹੈ।